ਸਤਿ ਸ਼੍ਰੀ ਅਕਾਲ ਜੀ। ਸਿੱਖ ਕੌਮ ਦੇ ਵਾਸਤੇ ਨਾ ਇੱਕ ਬਹੁਤ ਹੀ ਚਿੰਤਾ ਦਾ ਵਿਸ਼ਾ, ਮੈਂ ਸੋਚ ਰਿਹਾ ਇੱਕ ਬਹੁਤ ਵੱਡਾ ਚੈਲੇਂਜ ਇਸ ਵੇਲੇ ਕੌਮ ਦੇ ਅੱਗੇ ਆਇਆ ਵਾ, ਅਤੇ ਇਹ ਬਹੁਤ ਵਿਚਾਰ ਕਰਨ ਦੀ ਜ਼ਰੂਰਤ ਆ ਇਹਦੇ ਉੱਪਰ। ਦੇਖੋ, ਜੋ HEPC ਦੇ ਜੋ ਐਕਟ ਦੇ ਵਿੱਚ ਜੋ ਹੁਣੇ ਅਮੈਂਡਮੈਂਟ ਕੀਤੀ ਹੈ, ਜੋ ਸੋਧ ਕੀਤਾ, ਜੋ ਪੰਜਾਬ ਸਰਕਾਰ ਨੇ ਬਿਨਾਂ HEPC ਤੋਂ ਪੁੱਛੇ ਹੋਏ, ਇਹ ਮਾਮਲਾ ਜੋ ਬਹੁਤ ਹੀ ਸੀਰੀਅਸ ਆ। ਇਤਿਹਾਸ ਵਿੱਚ ਅਜੇ ਤੱਕ ਕਿਸੇ ਵੀ ਸਰਕਾਰ ਨੇ ਬਿਨਾਂ HEPC ਤੋਂ ਪੁੱਛੇ ਇਸ ਐਕਟ ਦੇ ਵਿੱਚ ਅਮੈਂਡਮੈਂਟ ਨਹੀਂ ਕੀਤੀ। ਦੇਖੋ, ਉਹ ਹੁਣ ਜਦੋਂ ਸਰਕਾਰ ਨੇ ਸ਼ੁਰੂ ਕੀਤੀ ਆ, ਚਾਹੇ ਜਿਸ ਛੋਟੇ ਜਿਹੇ ਪੁਆਇੰਟ ਦੇ ਉੱਤੇ ਸ਼ੁਰੂ ਕੀਤੀ ਆ, ਪਰ ਇੱਕ ਲੀ ਨਵੀਂ ਇਹ ਬਣਾ ਦਿੱਤੀ, ਇੱਕ ਨਵਾਂ ਬੜਾ ਡੇਂਜਰਸ ਪ੍ਰੈਸੀਡੈਂਟ ਸੈੱਟ ਹੋ ਰਿਹਾ ਇੱਥੇ। ਮਤਲਬ ਮੈਂ ਉਹ ਕਹਿੰਦੇ ਆ ਪੰਜਾਬੀ ਦੇ ਵਿੱਚ, ਮੈਂ ਸਹਿਜ ਤੋਂ ਨਹੀਂ ਡਰਦਾ, ਪਹਿਜ ਤੋਂ ਡਰਦਾ। ਮਤਲਬ ਇੱਕ ਤਰ੍ਹਾਂ ਦੀ ਨਵੀਂ ਲੀਹ ਬਣ ਗਈ। ਹੁਣ ਦੇਖੋ, ਜਦੋਂ ਇੱਕ ਵਾਰੀ ਲੀਹ ਬਣ ਗਈ ਕਿ ਬਿਨਾਂ HEPC ਤੋਂ ਪੁੱਛੇ ਸਰਕਾਰ ਅਮੈਂਡਮੈਂਟ ਕਰ ਸਕਦੀ ਆ, ਅਤੇ ਹੁਣ ਆਪਾਂ ਜਿਹੜਾ ਸੋਚੋ, ਅਗਰ ਕੱਲ੍ਹ ਨੂੰ ਪਾਰਲੀਮੈਂਟ ਕਹੇ ਕਿ ਜਿਹੜੇ ਹਿੰਦੂਆਂ ਦੇ ਧਾਰਮਿਕ ਸਥਾਨ ਆ, ਵੈਸ਼ਨੋ ਦੇਵੀ ਆ, ਉੱਥੇ ਸਰਕਾਰ ਨੇ ਟਰੱਸਟ ਅਪੁਆਇੰਟ ਕਰਦੀ ਆ, ਸਰਕਾਰ ਟਰੱਸਟ ਹੀ ਅਪੁਆਇੰਟ ਕਰਦੀ ਆ, ਹਿੰਦੂਆਂ ਨੂੰ ਹੀ ਕਰਦੀ ਆ। ਤਿਰੁਪਤੀ ਆ, ਉੱਥੇ ਸਰਕਾਰ ਅਪੁਆਇੰਟ ਕਰਦੀ ਆ, ਹਿੰਦੂਆਂ ਨੂੰ ਹੀ ਕਰਦੀ ਆ। ਤੁਸੀਂ ਉੱਧਰੋਂ ਤੁਸੀਂ ਲੈ ਲਓ, ਮੁਸਲਮਾਨਾਂ ਦਾ ਵਕਫ ਬੋਰਡ ਆ, ਉੱਥੇ ਸਰਕਾਰ ਅਪੁਆਇੰਟ ਕਰਦੀ ਆ, ਮੁਸਲਮਾਨਾਂ ਨੂੰ ਹੀ ਕਰਦੀ ਆ। ਜੇ ਕੱਲ੍ਹ ਨੂੰ ਤੁਹਾਨੂੰ ਪਾਰਲੀਮੈਂਟ ਵਿੱਚ ਇਹ ਕਹੇ ਕਿ ਜੀ, ਜਦੋਂ ਅਸੀਂ ਹਿੰਦੂਆਂ ਦੇ ਧਾਰਮਿਕ ਸਥਾਨ ਮੁਸਲਮਾਨਾਂ ਦੇ ਧਾਰਮਿਕ ਸਥਾਨਾਂ ਦੇ ਉੱਤੇ ਕਰਦੇ ਹਾਂ, ਤਾਂ ਸਿੱਖਾਂ ਦੇ ਉੱਤੇ ਕਿਉਂ ਨਹੀਂ ਕਰ ਸਕਦੇ? ਅਸੀਂ HEPC ਦੀ ਜਗ੍ਹਾ 'ਤੇ ਸਰਕਾਰ ਇੱਕ ਬੋਰਡ ਬਣਾ ਕੇ ਆਪਣੇ ਮੈਂਬਰ ਨੋਮੀਨੇਟ ਕਰੂਗੀ, ਅਤੇ ਅਸੀਂ ਅਮੈਂਡਮੈਂਟ ਕਰ ਰਹੇ ਹਾਂ। ਕੀ ਕਰੋਗੇ ਸਿੱਖ, ਕੀ ਕਰੋਗੇ? ਇੱਕ ਵਾਰੀ ਜੇਕਰ ਇਹ ਲੀਹ ਪੈ ਗਈ, ਇਹ ਬੜਾ ਹੀ ਡੇਂਜਰਸ ਪ੍ਰੈਸੀਡੈਂਟ ਆ, ਬਹੁਤ ਡੇਂਜਰਸ ਪ੍ਰੈਸੀਡੈਂਟ ਆ ਇਹ ਜਿਹੜਾ ਪਿਆ। ਇਹ ਦੇਖੋ, ਇਹ ਇਸੇ ਤਰ੍ਹਾਂ ਕਰਕੇ ਇੱਕ ਵਾਰੀ ਇਹ ਕਾਂਗਰਸ ਸਰਕਾਰ ਨੇ 1958 ਅਤੇ 69 ਦੇ ਵਿੱਚ ਉਹਨਾਂ ਨੇ ਵੀ ਇੱਕ ਵਾਰੀ ਇਹ ਕੋਸ਼ਿਸ਼ ਕੀਤੀ ਸੀ। ਉਦੋਂ ਕੈਰੋਂ ਮੁੱਖ ਮੰਤਰੀ ਸੀ, ਔਰ ਉਹਨਾਂ ਨੇ ਉਦੋਂ ਪਹਿਲਾਂ ਅੰਗਰੇਜ਼ਾਂ ਦੇ ਵੇਲੇ ਇੱਕ ਸਿਕੰਦਰ ਹਯਾਤ ਅਤੇ ਸਰਦਾਰ ਬਲਦੇਵ ਸਿੰਘ ਹੋਰਾਂ ਦਾ ਆਪਸ ਦੇ ਵਿੱਚ ਐਗਰੀਮੈਂਟ ਹੋਇਆ ਸੀ ਕਿ HEPC ਐਕਟ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਸੋਧ ਜਾਂ ਅਮੈਂਡਮੈਂਟ ਨਹੀਂ ਕੀਤੀ ਜਾਏਗੀ ਬਿਨਾਂ HEPC ਤੋਂ ਪੁੱਛੇ। ਅੰਗਰੇਜ਼ ਸਰਕਾਰ ਦੇ ਅੰਗਰੇਜ਼ਾਂ ਦੇ ਵੇਲੇ ਬਿਲਕੁਲ ਇਹੀ ਚੀਜ਼ ਹੋਈ, ਬਿਨਾਂ HEPC ਤੋਂ ਪੁੱਛੇ ਕੁਛ ਨਹੀਂ ਕੀਤਾ ਗਿਆ। ਉਸ ਤੋਂ ਮਗਰੋਂ ਆਜ਼ਾਦ ਹਿੰਦੁਸਤਾਨ 'ਚ ਵੀ ਇਹੀ ਹੋ ਰਿਹਾ ਸੀ, ਪਰ ਇੱਕ ਵਾਰੀ ਅਟੈਂਪਟ ਕੀ ਹੋਇਆ ਕਿ 1958 ਅਤੇ 69 ਦੇ ਵਿੱਚ ਇਹਨਾਂ ਨੇ, ਕਾਂਗਰਸ ਸਰਕਾਰ ਸੀ ਉਦੋਂ, ਅਕਾਲੀ ਦਲ ਦਾ ਵੀ ਇੱਕ ਹਿੱਸਾ ਕਾਂਗਰਸ ਸਰਕਾਰ ਦੇ ਨਾਲ ਸੀ, ਅਕਾਲੀ ਦਲ ਦਾ ਵੀ ਇੱਕ ਹਿੱਸਾ ਕਾਂਗਰਸ ਸਰਕਾਰ ਦੇ ਨਾਲ ਸੀ, ਉਹਨਾਂ ਨੇ HEPC ਦਾ ਪ੍ਰਧਾਨ ਵੀ ਆਪਣਾ ਬਣਾ ਲਿਆ ਸੀ। ਉਹਨਾਂ ਨੇ ਅਮੈਂਡਮੈਂਟ ਕਰਨ ਦੀ ਕੋਸ਼ਿਸ਼ ਕੀਤੀ ਕਿ ਵਿੱਚ ਕੁਛ ਮੈਂਬਰਸ ਨੂੰ ਸਰਕਾਰ ਨੋਮੀਨੇਟ ਕਰੇਗੀ, ਬਾਅਦ ਦੇ ਵਿੱਚ ਚਾਹੇ ਉਹਨਾਂ ਨੇ ਕਿਹਾ ਇਲੈਕਟ ਕੀਤਾ, ਪਰ ਬਿਨਾਂ HEPC ਦੇ ਡਿਸੀਜ਼ਨ ਤੋਂ ਬਿਨਾਂ ਉਹਨਾਂ ਨੇ ਅਮੈਂਡਮੈਂਟ ਕਰਨ ਦੀ ਕੋਸ਼ਿਸ਼ ਕੀਤੀ। ਇਹ ਕੀਤੀ ਪੰਜਾਬ ਦੀ ਸਰਕਾਰ, ਪ੍ਰਤਾਪ ਸਿੰਘ ਕੈਰੋਂ ਮੁੱਖ ਮੰਤਰੀ ਸੀ, ਪਰ ਇਹ ਕੀਤੀ ਸੈਂਟਰ ਦੇ ਇਸ਼ਾਰੇ 'ਤੇ। ਉਦੋਂ ਮਾਸਟਰ ਤਾਰਾ ਸਿੰਘ ਨੇ ਇਸ ਨੂੰ ਬਹੁਤ ਵਿਰੋਧ ਕੀਤਾ, ਮਾਸਟਰ ਤਾਰਾ ਸਿੰਘ ਨੇ ਇੱਕ ਬੜਾ ਵੱਡਾ ਇਕੱਠ ਕੀਤਾ, ਇਹ ਪਹਿਲਾਂ ਚੰਡੀਗੜ੍ਹ ਵਿੱਚ, ਫਿਰ ਉਹਨਾਂ ਨੇ ਕਿਹਾ ਅਸੀਂ ਦਿੱਲੀ ਵਿੱਚ ਰੋਸ ਮਾਰਚ ਕਰਾਂਗੇ। ਇੱਥੇ ਉਹ ਉਦੋਂ ਦੀ ਕਾਂਗਰਸ ਸਰਕਾਰ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ, ਦਿੱਲੀ ਜਾਣ ਨਹੀਂ ਦਿੱਤਾ, ਸਾਰੀਆਂ ਟ੍ਰੇਨਾਂ ਬੰਦ ਕਰਤੀਆਂ, ਬੱਸਾਂ ਬੰਦ ਕੀਤੀਆਂ, ਪਰ ਉਹਦੇ ਬਾਵਜੂਦ ਵੀ ਉੱਥੇ ਦਿੱਲੀ ਵਿੱਚ ਸਿੱਖ ਸਾਰੇ ਸੂਬਿਆਂ ਤੋਂ ਇਕੱਠੇ ਹੋ ਕੇ ਪੂਰੇ ਦੇ ਪੂਰੇ ਪਹੁੰਚ ਗਏ, ਔਰ ਅਤੇ ਉਹਨਾਂ ਨੇ ਲੱਖਾਂ ਦੀ ਤਾਦਾਦ ਵਿੱਚ ਮਾਸਟਰ ਤਾਰਾ ਸਿੰਘ ਦੀ ਫੋਟੋ ਲੈ ਕੇ ਲੱਖਾਂ ਦੀ ਤਾਦਾਦ 'ਚ ਸਿੱਖਾਂ ਨੇ ਉੱਥੇ ਇਕੱਠੇ ਹੋ ਕੇ ਪ੍ਰਸ਼ਾਸਨ ਨੂੰ ਰੋਸ ਮਾਰਚ ਨਿਕਾ ਲਿਆ। ਉੱਥੋਂ ਫਿਰ ਇਹ ਸਰਕਾਰ ਹਿੱਲੀ, ਫਿਰ ਨਹਿਰੂ ਨੇ ਮਾਸਟਰ ਤਾਰਾ ਸਿੰਘ ਨੂੰ ਬੁਲਾਇਆ, ਫਿਰ ਇਹ ਨਹਿਰੂ ਅਤੇ ਮਾਸਟਰ ਤਾਰਾ ਸਿੰਘ ਦਾ ਪੈਕਟ ਹੋਇਆ ਕਿ HEPC ਦੇ ਰੈਜੋਲੂਸ਼ਨ ਤੋਂ ਬਿਨਾਂ ਕੋਈ ਵੀ ਅਮੈਂਡਮੈਂਟ ਇਹ HEPC ਐਕਟ ਜੋ ਸਿੱਖ ਗੁਰਦੁਆਰਾ ਐਕਟ ਵਿੱਚ ਨਹੀਂ ਕੀਤੀ ਜਾਏਗੀ। ਉਸ ਤੋਂ ਬਾਅਦ ਕੋਈ ਵੀ ਸਰਕਾਰ ਆਈ, ਹਰ ਸਰਕਾਰ ਨੇ ਹੀ ਇਹ ਗੱਲ ਮੰਨੀ, ਔਰ HEPC ਦੇ ਕਹਿਣ 'ਤੇ ਹੀ ਇਹ ਅਮੈਂਡਮੈਂਟਸ ਕੀਤੀਆਂ। ਇਹ ਇੱਕ ਮਾਸਟਰ ਤਾਰਾ ਸਿੰਘ ਦਾ ਅਤੇ ਨਹਿਰੂ ਦਾ ਕੋਈ ਇਹ ਵਿਅਕਤੀਗਤ ਸਮਝੌਤਾ ਨਹੀਂ ਸੀ, ਇਹ ਸਿੱਖ ਕੌਮ ਦਾ ਅਤੇ ਭਾਰਤ ਸਰਕਾਰ ਦਾ ਸਮਝੌਤਾ ਸੀ। ਉਦੋਂ ਮਗਰੋਂ ਇਹ ਜਦੋਂ ਦੇਵਗੌੜਾ ਪ੍ਰਾਈਮ ਮਿਨਿਸਟਰ ਸੀ, ਉਦੋਂ ਇਹ ਆਇਆ ਕਿ ਜੀ ਔਰਤਾਂ ਦੇ ਵਾਸਤੇ ਵੀ ਡਬਲ ਸੀਟਾਂ ਹੋਣੀਆਂ ਚਾਹੀਦੀਆਂ। ਪਹਿਲਾਂ ਸ਼ਡਿਊਲ ਕਾਸਟਾਂ ਦਲਿਤਾਂ ਵਾਸਤੇ ਸੀ ਡਬਲ ਸੀਟਾਂ HEPC 'ਚ, ਔਰਤਾਂ ਵਾਸਤੇ ਹੋਣੀਆਂ ਚਾਹੀਦੀਆਂ।
ਦੇਵੇ ਗੌੜਾ ਨੇ ਕਿਹਾ ਜੀ ਕਿ ਮੈਨੂੰ ਮੇਰੇ ਸਭ ਲੋਕਾਂ ਨੇ ਕਿਹਾ ਕਿ ਐਸ ਜੀ ਪੀ ਸੀ ਤੋਂ ਪੁੱਛੇ ਬਿਨਾਂ ਨਹੀਂ ਕਰਨਾ। ਉਹਨੇ ਵੀ ਉਹ ਨਹਿਰੂ ਤਾਰਾ ਸਿੰਘ ਪੈਕਟ ਦੇ ਮੁਤਾਬਕ ਐਸ ਜੀ ਪੀ ਸੀ ਦੇ ਪ੍ਰਧਾਨ ਗੁਰਚਰਨ ਸਿੰਘ ਚੌੜਾ ਨੂੰ ਬੁਲਾਇਆ, ਜਦੋਂ ਉਹਨਾਂ ਦੀ ਸਹਿਮਤੀ ਹੋਈ ਉਸ ਤੋਂ ਬਾਅਦ ਜਾ ਕੇ ਪਾਸ ਹੋਇਆ। ਇਹ ਮਤਲਬ ਕਿ ਮੇਰਾ ਖਿਆਲ ਆ ਹੁਣ ਪਹਿਲੀ ਵਾਰੀ 1969 'ਚ ਕੋਸ਼ਿਸ਼ ਹੋਈ ਸੀ, ਹੁਣ ਪਹਿਲੀ ਵਾਰੀ ਇਹ ਚੀਜ਼ ਇਹ ਹੋਈ ਆ। ਚਾਹੇ ਤੁਸੀਂ ਦੇਖੋ ਮਨਸ਼ਾ ਜਿੰਨੀ ਮਰਜ਼ੀ ਅੱਛੀ ਆ, ਜੋ ਠੀਕ ਹੈ ਗੁਰਬਾਣੀ ਜਿਹੜੀ ਆ ਉਹਦਾ ਪ੍ਰਸਾਰਣ ਫਰੀ ਹੋਣਾ ਚਾਹੀਦਾ, ਕਿਸੇ ਇੱਕ ਚੈਨਲ ਦਾ ਕਾਪੀਰਾਈਟ ਨਹੀਂ ਹੋਣਾ ਚਾਹੀਦਾ, ਇਹਦੇ ਵਿੱਚ ਬਿਲਕੁਲ ਕੋਈ ਸ਼ੱਕ ਗੱਲ ਨਹੀਂ। ਪਰ ਜਿਹੜੀ ਇਹ ਲੀਪ ਹੈਗੀ ਨਾ ਕਿ ਸਰਕਾਰ ਬਿਨਾਂ ਐਸ ਜੀ ਪੀ ਸੀ ਤੋਂ ਪੁੱਛੇ ਅਮੈਂਡਮੈਂਟ ਕਰ ਸਕਦੀ ਆ, ਦੇਖੋ ਮੈਂ ਤੁਹਾਨੂੰ ਇੱਕ ਗੱਲ ਕਹਿ ਦਿਆਂ, ਇੱਕ ਗੱਲ ਇਹ ਜਿਹੜਾ ਇਸ ਗੱਲ ਤੋਂ ਸਾਨੂੰ ਬੜੇ ਚੁਕੰਨੇ ਰਹਿਣਾ ਚਾਹੀਦਾ। ਬੜੀ ਦੇਰ ਤੋਂ ਇਹ ਇੰਟੈਲੀਜੈਂਸ ਏਜੰਸੀਆਂ ਕੋਸ਼ਿਸ਼ ਕਰ ਰਹੀਆਂ ਕਿ ਐਸ ਜੀ ਪੀ ਸੀ ਐਕਟ ਦੇ ਵਿੱਚ ਇੱਕ ਕਲੋਜ਼ ਪੈ ਜੇ ਕਿ ਜੇਕਰ ਸਰਕਾਰ ਦੇ ਮੁਤਾਬਕ ਦਰਬਾਰ ਸਾਹਿਬ ਦੇ ਵਿੱਚ ਕੋਈ ਇਲੀਗਲ ਐਕਟੀਵਿਟੀ ਹੋਈ ਤਾਂ ਸਰਕਾਰ ਐਸ ਜੀ ਪੀ ਸੀ ਨੂੰ ਰਿਜ਼ੋਲਵ ਕਰਕੇ ਆਪਣਾ ਉੱਥੇ ਬੋਰਡ ਬਣਾ ਸਕਦੀ ਆ। ਸਿੱਖਾਂ ਨੂੰ ਕਰੇਗੀ ਨੋਮੀਨੇਟ, ਪਰ ਆਪਣੇ ਮੈਂਬਰ ਉੱਥੇ ਸਿੱਖਾਂ ਨੂੰ ਨੋਮੀਨੇਟ ਕਰਕੇ ਸਾਰੇ ਅਧਿਕਾਰ ਉਹਨਾਂ ਨੂੰ ਦੇ ਸਕਦੀ ਹੈ। ਬੜੀ ਦੇਰ ਤੋਂ ਕੋਸ਼ਿਸ਼ਾਂ ਹੋ ਰਹੀਆਂ ਹੁਣ, ਮਤਲਬ ਕਿ ਇਹਦੇ ਵਾਸਤੇ ਮਤਲਬ ਕਿ ਫੋਰਚੂਨੇਟਲੀ ਨਾ ਇਹਦੇ ਵਾਸਤੇ ਕਾਂਗਰਸ ਮੰਨੀ, ਨਾ ਇਹਦੇ ਵਾਸਤੇ ਬੀਜੇਪੀ ਮੰਨੀ, ਕੋਈ ਨਹੀਂ ਮੰਨਿਆ। ਹੁਣ ਜੇ ਇਹ ਲੀਕ ਕਰੀ ਸ਼ੁਰੂ ਹੋ ਗਈ ਨਾ, ਸਰਕਾਰ ਜਿਵੇਂ ਮਰਜ਼ੀ ਕਰ ਲਈ। ਹੁਣ ਤੁਸੀਂ ਕੱਲ੍ਹ ਨੂੰ ਦੇਖੋ, ਜੇਕਰ ਸਰਕਾਰ ਨੂੰ ਇੱਕ ਵਾਰੀ ਹੱਕ ਆ ਗਿਆ, ਕੱਲ੍ਹ ਨੂੰ ਤਾਂ ਇਹ ਇੱਥੇ ਕੱਲ੍ਹ ਨੂੰ ਕੋਈ ਸਰਕਾਰ ਐਸੀ ਆ ਜਾਏਗੀ, ਉਹ ਕਹੇਗੀ ਜੀ ਇਹ ਰਹਿਤ ਵਰਿਆ ਦਾ, ਇਹ ਤਾਂ ਅਸੀਂ ਤਾਂ ਅੱਜ ਦੇ ਵਿੱਚ ਪਾਉਣੇ ਆ ਰਹਿਤ ਵਰਿਆ ਦਾ, ਅਸੀਂ ਤਾਂ ਰੂਲ ਬਣਾਉਣੇ ਆ ਜੀ ਰਹਿਤ ਵਰਿਆ ਦਾ, ਸਰਕਾਰ ਰੂਲ ਬਣਾਏਗੀ ਜੀ। ਕੱਲ੍ਹ ਨੂੰ ਕੋਈ ਵਿੱਚ ਇਹੋ ਜਿਹੀ ਸਰਕਾਰ ਆ ਜਾਏ, ਕੋਈ ਇਹੋ ਜਿਹਾ ਮੁੱਖ ਮੰਤਰੀ ਆ ਜਾਏ ਜਾਂ ਕੋਈ ਇਹੋ ਜਿਹਾ ਪ੍ਰਾਈਮ ਮਿਨਿਸਟਰ ਆ ਜਾਏ, ਉਹ ਕਹੇ ਜੀ ਮਾਡਰਨ ਸਿੱਖ ਆ, ਇਹ ਸਿੱਖ ਤਾਂ ਮਾਡਰਨ ਧਰਮ ਆ, ਇਹ ਕਿਰਪਾਨ ਪਾ ਕੇ ਅੰਮ੍ਰਿਤਧਾਰੀ ਸਿੱਖ, ਇਹ ਤਾਂ ਪੁਰਾਣੇ ਇਹ ਤਾਂ ਪੁਰਾਣੀ ਸੋਚ ਆ, ਨਵੀਂ ਸਿੱਖ ਨਵੀਂ ਸੋਚ ਆ, ਅਤੇ ਕੋਈ ਕੇਸਾਂ ਦੀ ਜ਼ਰੂਰਤ ਨਹੀਂ, ਕੋਈ ਦਾੜੀ ਦੀ ਜ਼ਰੂਰਤ ਨਹੀਂ, ਕੋਈ ਤੁਹਾਨੂੰ ਅੰਮ੍ਰਿਤ ਛਕਣ ਦੀ ਜ਼ਰੂਰਤ ਨਹੀਂ, ਅਤੇ ਰਹਿਤ ਵਰਿਆ ਦਾ ਤਾਂ ਪਤਾ ਤੁਸੀਂ ਕਿਵੇਂ ਰੋਕੋਗੇ ਜੀ, ਕਿਵੇਂ ਰੋਕੋਗੇ, ਫਿਰ ਕਿਰਪਾਨ ਆ ਕੇ ਘਾਈ ਜਾਵਾਂਗੇ ਆਪਾਂ। ਬਲਕਿ ਇਸ ਕਰਕੇ ਜਦੋਂ ਇਹਦੀ ਸ਼ੁਰੂਆਤ ਹੋਈ ਆ ਇਸ ਪਾਸੇ ਦੀ, ਇਹ ਇੱਕ ਮੈਂ ਕਿਹਾ ਇਹ ਇੱਕ ਡੇਂਜਰਸ ਪ੍ਰੈਸੀਡੈਂਟ ਦੀ, ਇਹ ਇੱਕ ਬੜੀ ਖਤਰਨਾਕ ਲੀ ਜਦੋਂ ਸ਼ੁਰੂ ਹੋ ਰਹੀ ਆ, ਇਸੇ ਟਾਈਮ ਦੇ ਉੱਤੇ ਉੱਠੋ। ਕੱਲ੍ਹ ਨੂੰ ਜੇਕਰ ਇੱਕ ਪੱਕਾਰੀ ਪੱਕਾ ਹੋ ਗਿਆ, ਉਦੋਂ ਮਗਰੋਂ ਕਿਰਪਾਨਾ ਕਕਾ ਕੇ ਕਰਨ ਦਾ ਕੋਈ ਫਾਇਦਾ ਨਹੀਂ। ਇਸ ਵੇਲੇ ਮੌਕਾ ਮੈਂ ਕਹਿੰਦਾ, ਮੈਂ ਇੱਕ ਵਕੀਲ ਦੇ ਤੌਰ 'ਤੇ ਨਹੀਂ ਗੱਲ ਕਰ ਰਿਹਾ, ਮੈਂ ਇੱਕ ਸਿੱਖ ਦੇ ਤੌਰ 'ਤੇ, ਉਹ ਵੀ ਬੜਾ ਇਮੋਸ਼ਨਲ ਸਿੱਖ ਦੇ ਤੌਰ 'ਤੇ ਗੱਲ ਕਰ ਰਿਹਾ। ਦੇਖੋ ਇਹ ਇਸ ਟਾਈਮ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਗੱਲ ਦੱਸਦਿਆਂ, ਜਿਹੜਾ ਇਹ ਸੋਚਦੇ ਆ ਨਾ ਪਰ ਕਈ ਲੋਕ ਕਿ ਜੀ ਬਾਦਲਾਂ ਦਾ ਬੜਾ ਨੁਕਸਾਨ ਕਰਤਾ, ਉਹ ਬਾਦਲਾਂ ਦਾ ਕੋਈ ਨੁਕਸਾਨ ਨਹੀਂ ਹੋਇਆ, ਬਾਦਲਾਂ ਦਾ ਸੂਟ ਕਰਦਾ। ਜਥੇਦਾਰ ਅਕਾਲ ਤਖਤ ਸਾਹਿਬ ਨੇ ਕਹਿਤਾ ਸੀ ਕਿ ਇਹਨੂੰ ਫਰੀ ਕਰੋ, ਇਹਨਾਂ ਨੂੰ ਫਰੀ ਕਰਨਾ ਪੈਣਾ ਸੀ, ਉਹ ਤਾਂ ਹੋ ਹੀ ਰਿਹਾ ਸੀ, ਉਹਨਾਂ ਕਿਹਾ ਸੀ ਐਸ ਜੀ ਪੀ ਸੀ ਆਪਣਾ ਚੈਨਲ ਬਣਾਵੇ, ਉਹ ਤਾਂ ਹੋਣਾ ਹੀ ਸੀ। ਬਾਦਲਾਂ ਕੋਲ ਤਾਂ ਕੋਈ ਮੁੱਦਾ ਨਹੀਂ ਸੀ ਇਸ ਵੇਲੇ, ਐਸ ਜੀ ਪੀ ਸੀ ਹੁਣ ਇਲੈਕਸ਼ਨ ਡਿਕਲੇਅਰ ਹੋ ਜਾਂਦੇ ਨਾ, ਅਤੇ ਬਾਦਲਾਂ ਨੂੰ ਲੋਕਾਂ ਨੇ ਪਿੰਡਾਂ 'ਚ ਵੜ ਨਹੀਂ ਸੀ ਦੇਣਾ, ਬਾਦਲਾਂ ਨੂੰ ਤਾਂ ਸੂਟ ਕਰਦਾ, ਉਹਨਾਂ ਦਾ ਮੁੱਦਾ ਮਿਲ ਗਿਆ, ਉਹ ਤਾਂ ਇੱਕ ਤਰ੍ਹਾਂ ਦੀ ਉਹਨਾਂ 'ਚ ਦੂਜੀ ਵਾਰੀ ਜਾਨ ਪੈ ਗਈ, ਮੁੱਦਾ ਮਿਲ ਗਿਆ ਉਹਨਾਂ ਨੂੰ, ਸਰਕਾਰ ਇੰਟਰਫੇਅਰ ਕਰ ਰਹੀ ਆ, ਪੰਥ ਖਤਰੇ 'ਚ ਆ, ਪੰਥ ਖਤਰੇ 'ਚ ਆ, ਉਹੀ ਪੁਰਾਣਾ ਨਾਰਾ ਲੈ ਕੇ ਚੱਲ ਪਏ ਆ। ਬਾਦਲਾਂ ਦੇ 'ਚ ਕੋਈ ਨੁਕਸਾਨ ਨਹੀਂ, ਪੰਜਾਬ ਸਰਕਾਰ ਦਾ ਵੀ ਨੁਕਸਾਨ ਨਹੀਂ, ਉਹ ਖੁਸ਼ ਆ ਕਿ ਅਸੀਂ ਇਹ 'ਚ ਕਰ ਦਿੱਤੇ, ਜੇ ਨੁਕਸਾਨ ਆ ਤਾਂ ਸਿੱਖ ਕੌਮ ਦਾ। ਔਰ ਅੱਜ ਇਹ ਨੁਕਸਾਨ ਸ਼ਾਇਦ ਇੰਨਾ ਨਹੀਂ ਹੈ, ਪਰ ਇੱਕ ਵੱਡੇ ਨੁਕਸਾਨ ਵਾਲੇ ਪਾਸੇ ਨੂੰ ਇਹ ਲੀਹ ਪੈ ਰਹੀ ਆ। ਤਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਜਿਹੜਾ ਇਹਨੂੰ ਸੋਚੋ, ਇਹ 'ਤੇ ਵਿਚਾਰ ਕਰੋ, ਜੇਕਰ ਇਹਨੂੰ ਇਸੇ ਵੇਲੇ ਨਾ ਰੁਕਿਆ ਤਾਂ ਕੱਲ੍ਹ ਨੂੰ ਜਦੋਂ ਤੁਹਾਡੇ 'ਤੇ ਇਹੋ ਜਿਹੀ ਵੱਡੀ ਕੋਈ ਅਮੈਂਡਮੈਂਟ ਆ ਕੇ, ਕੱਲ੍ਹ ਨੂੰ ਜਦੋਂ ਉਹ ਆਇਆ ਤਾਂ ਉਦੋਂ ਸ਼ਾਇਦ ਹੋ ਸਕਦਾ, ਪਤਾ ਨਹੀਂ ਇਹੋ ਜਿਹੇ ਕਿਹੋ ਜਿਹੇ ਹਾਲਤ ਹੋਣਗੇ, ਕਿਹੋ ਜਿਹੇ ਨਹੀਂ ਹੋਣਗੇ, ਮਗਰੋਂ ਕਿਰਪਾਨਾ ਕਕਾਉਣ ਦਾ ਕੋਈ ਫਾਇਦਾ ਨਹੀਂ। ਹੁਣੇ ਇਹ ਰੋਕੋ, ਔਰ ਇੱਥੇ ਕਲਮ ਦੀ ਵਰਤੋਂ ਦੀ ਲੋੜ ਆ, ਇਹ ਹੁਣ ਕਲਮ ਦੇ ਨਾਲ ਹੀ ਰੁਕਣਗੇ, ਜ਼ੋਰ ਲਾਓ, ਇਸੇ ਟਾਈਮ ਚਿੱਠੀਆਂ ਲਿਖੋ ਸਾਰੀਆਂ ਸਿੱਖ ਸੰਸਥਾਵਾਂ, ਮੇਰੀ ਇਹ ਹੱਥ ਜੋੜ ਕੇ ਤੁਹਾਨੂੰ ਬੇਨਤੀ ਆ, ਇਸ ਟਾਈਮ ਜਾਗੋ, ਇਸ ਟਾਈਮ ਮੌਕਾ, ਸਾਰੀਆਂ ਸਿੱਖ ਸੰਸਥਾਵਾਂ ਪੰਜਾਬ ਸਰਕਾਰ ਨੂੰ ਅਤੇ ਸੈਂਟਰ ਸਰਕਾਰ ਨੂੰ, ਗਵਰਨਰ ਨੂੰ ਅਤੇ ਪ੍ਰੈਜੀਡੈਂਟ ਨੂੰ ਚਿੱਠੀਆਂ ਲਿਖੋ ਕਿ ਨਹਿਰੂ ਮਾਸਟਰ ਤਾਰਾ ਸਿੰਘ ਪੈਕਟ ਨੂੰ ਵਾਲਿਟ ਨਹੀਂ ਕੀਤਾ ਜਾਵੇ, ਨਹਿਰੂ ਮਾਸਟਰ ਤਾਰਾ ਸਿੰਘ ਪੈਕਟ ਨੂੰ ਸਰਕਾਰ ਰੀਇੰਡੋਰਸ ਕਰੇ, ਔਰ ਸਰਕਾਰ ਇਹ ਵਿਸ਼ਵਾਸ ਦਿਵਾਵੇ ਸਿੱਖ ਕੌਮ ਨੂੰ
कि नहरू मास्टर तारा सिंह पैक्ट हमेशा आने वाले टाइम ते रहेगा। अज ओदी लोड़ा कृपाना ककाउन नहीं, पेन चलाउन दी लोड़ा। सिख जत्थेबंदियां जगह जगह से रेजोल्यूशन पास कर करके भेजो। इंडिविजुअल सिख, सिख इंटेलीजेंसिया, जिथे जिथे तुसी बैठे हो इंडिविजुअल चिट्ठियां लिखो, चिट्ठियां लिखो, मुख्यमंत्री नूं लिखो, प्रधानमंत्री नूं लिखो, गवर्नर नूं लिखो, राष्ट्रपति नूं लिखो कि सिख नहरू मास्टर तारा सिंह पैक्ट की उलंघना बिल्कुल बर्दाश्त नहीं करनगे। ये मौका जागन दा, इस टाइम नहीं जागे तो सुते पियां नूं फिर तैयार रहो। एक बड़ी सारी ये तुहाडे ते मुसीबत आने वास्ते मेरी तुहानूं इहो बेनती है। बहुत बहुत शुक्रिया, मेहरबानी।